ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਮੈਂ ਹੰਸ ਰਾਜ ਪ੍ਰਧਾਨ ਸਫਾਈ ਸੇਵੀ ਨੂੰ ਪੰਜਾਬ ਰਾਜਪੁਰਾ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਜਿੰਨੀ ਨਗਰਪਾਲਿਕਾ ਨਗਰ ਨਿਗਮਾਂ ਔਰ ਕਾਰਪੋਰੇਸ਼ਨਾਂ ਜਿੰਨੇ ਵੀ ਸਾਡੇ ਸਫਾਈ ਸੇਵੀ ਨੂੰ ਪੰਜਾਬ ਦੇ ਜੁੜੇ ਹੋਏ ਸਾਥੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ 2-3-4 ਤਰੀਕ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਆਪਣਾ 2-3-4 ਤਰੀਕ ਆ ਰਹੀ ਹੈ 3 ਦਿਨਾਂ ਦਾ ਮੁਜ਼ਾਹਰਾ ਪੰਜਾਬ ਸਰਕਾਰ ਦੇ ਖਿਲਾਫ ਕਰਨਾ ਜੋ ਕਿ ਅਰਥੀ ਫੂਕ ਮੁਜ਼ਾਹਰੇ ਕਰਨੇ ਆਪਾਂ ਨੇ ਦੁਪਹਿਰ ਬਾਅਦ ਕਰੋ ਜਾਂ ਸਵੇਰ ਦੇ ਟਾਈਮ ਕਰੋ ਇੱਕ ਟਾਈਮ ਆਪਾਂ ਜਿਹੜਾ ਹੈ ਅਰਥੀ ਫੂਕ ਮੁਜ਼ਾਹਰਾ ਕਰਨਾ ਸਾਥੀਓ ਤਾਂ ਕਿ ਪੰਜਾਬ ਸਰਕਾਰ ਨੂੰ ਜਿਹੜਾ ਹੈਗਾ ਪਤਾ ਲੱਗ ਸਕੇ ਵੀ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਮੁਲਾਜ਼ਮ ਕਰਮਚਾਰੀ ਸੀਵਰਮੈਨ ਹੋ ਗਏ ਮਾਲੀ ਬੇਲਦਾਰ ਹੋ ਗਏ ਔਰ ਸਫਾਈ ਕਰਮਚਾਰੀ ਹੋ ਗਏ ਸਾਰੇ ਹੀ ਜਿਹੜਾ ਹੈਗਾ ਆਪਣੇ ਪੈਰਾ ਦੇ ਰਹੇ ਹੈਗੇ ਆ ਔਰ ਅਸੀਂ ਸਰਕਾਰ ਨੂੰ ਇਹ ਚੈਲੰਜ ਕਰ ਰਹੇ ਹਾਂ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਮੰਗਾਂ ਆ ਨਹੀਂ ਪੂਰੀਆਂ ਹੋਈਆਂ ਤਾਂ ਸਮਾਂ ਜਿਹੜਾ ਹੈਗਾ ਤੁਹਾਨੂੰ ਬੜਾ ਹੀ ਘੱਟ ਦੇਵਾਂਗੇ ਤਾਂ ਕਿ ਜਿਹੜਾ ਅਸੀਂ 2022 ਦੇ ਵਿੱਚ 62 ਦਿਨ ਦੀ ਹੜਤਾਲ ਕਰੀ ਸੀਗੀ ਇਹ ਨਾ ਹੋਵੇ ਕਿ ਹੁਣ 62 ਦੂਣੀ ਡਬਲ ਹੋ ਜਾਵੇ ਸਾਡੀ ਹੜਤਾਲ ਤਾਂ ਕਿ ਜੇ ਤੁਸੀਂ ਸਾਡੀ ਮੰਗਾਂ ਨਾ ਮੰਨੀਆਂ ਜਿਵੇਂ ਸਾਡੇ 66 ਮਹੀਨੇ ਦਾ ਬਕਾਇਆ ਕੱਚੇ ਮੁਲਾਜ਼ਮ ਬਗੈਰ ਸ਼ਰਤ ਤੋਂ ਪੱਕੇ ਕਰਨੇ ਆ ਸਾਡੀਆਂ ਮਿਹਨਤ ਸ਼ਰਤਾਂ ਆ ਹੋਰ ਵੀ ਕਾਫੀ ਸ਼ਰਤਾਂ ਆ ਅਗਰ ਜੇ ਨਾ ਪੂਰੀ ਕਰੀ ਗਈਆਂ ਪੰਜਾਬ ਸਰਕਾਰ ਤੋਂ ਤਾਂ ਧਰਨੇ ਦੇ ਇਲਾਵਾ ਅਸੀਂ ਫਿਰ ਜਿਹੜਾ ਐਲਾਨ ਕਰੇਗੇ ਉਹ ਪੂਰਾ ਜਿਹੜਾ ਪੰਜਾਬ ਦੇ ਵਿੱਚ ਸਾਡਾ ਸਫਾਈ ਕਰਮਚਾਰੀ ਹੈ ਉਹ ਸਾਰਾ ਧਰਨੇ 'ਤੇ ਬੈਠੇਗਾ ਜਦੋਂ ਹੜਤਾਲ ਖੋਲਾਂਗੇ ਜਦੋਂ ਸਾਡੀਆਂ ਮੰਗਾਂ ਪੂਰੀ ਹੋਣਗੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਹੋਏ ਮੁਲਾਜ਼ਮਾਂ ਦੀ ਅਸੀਂ ਚਾਹਾਂਗੇ ਕਿ ਸਾਡੇ ਮੁੱਖ ਮੰਤਰੀ ਦੇ ਮਾਨਯੋਗ ਨੇ ਸਾਡੀ ਗੱਲ ਸੁਣਨ ਤੇ ਮਾਫੀ ਕਰਾ ਲਈ ਸਾਨੂੰ ਲੋੜ ਹੀ ਨਾ ਪਵੇ ਤੇ ਇਹਦੇ ਕੰਮ ਕਰਨ ਦੀ ਪਰ ਜੇ ਅਸੀਂ ਦੇਖਾਂਗੇ ਤੁਹਾਡੇ ਪਿੱਛੇ ਫਿਰ ਉਦੋਂ ਉੱਠਾਂਗੇ ਜਦੋਂ ਸਭ ਕੁਝ ਇਹਨਾਂ ਨੂੰ ਦੇ ਦੇਣਗੇ ਹੋਰ ਕੋਈ ਸਵਾਲ ਹੈ ਜ਼ਰੂਰ ਕਰ ਲਓ ਜੀ ਸਾਡੇ ਜੀ ਐਸੋਸੀਏਸ਼ਨ ਦੇ ਕਿੰਨੇ ਪ੍ਰਵਾਸੀ ਨੇ ਪ੍ਰਵਾਸੀ ਦੇ ਐਸੋਸੀਏਸ਼ਨ 1500 ਮੁਲਾਜ਼ਮ ਹੈ 1500-1600 ਮੁਲਾਜ਼ਮ ਐਸੋਸੀਏਸ਼ਨ ਹੈ ਜੇ ਸਾਡੇ ਪੰਜਾਬ ਚ 14 ਜ਼ਿਲ੍ਹੇ ਹੈ ਉਸ ਤੋਂ ਬਾਅਦ ਸਾਡੀਆਂ 4 ਸਟੇਟਾਂ ਵਰਕ ਕਰਦੀਆਂ ਮੇਰੇ ਕੋਲ ਸਾਡੇ 7000+ ਆਪਣੇ ਪੰਜਾਬ ਦੇ ਬੰਦਿਆਂ ਦੀ ਮੈਂਬਰ ਉਹਦੇ ਬਣਾ ਦੀ ਦੇਖੋ ਜੀ ਇਹ ਜਿਹੜੇ ਫੈਸਲੇ ਆ ਇਹ ਉਸੇ ਵਕਤ ਲਏ ਜਾਣਗੇ ਕਿਉਂਕਿ ਪਿਛਲੀ ਵਾਰ ਵੀ ਅਸੀਂ ਕੁਛ ਗੱਲਾਂ ਰੱਖੀਆਂ ਸੀ ਤੇ ਕੁਛ ਛੱਡ ਦਿੱਤੀਆਂ ਸੀ ਉਹਦਾ ਕਾਨੂੰਨ ਤੁਹਾਨੂੰ ਵੀ ਜ਼ਿਆਦਾ ਪਤਾ ਹੈ ਵੀ ਜਦੋਂ ਸਰਕਾਰਾਂ ਹੁੰਦੀਆਂ ਉਹਨਾਂ ਹੱਥ ਤਾਕਤਾਂ ਹੁੰਦੀਆਂ ਤੇ ਉਹਨਾਂ ਦੇ ਤਾਕਤਾਂ ਜ਼ਰੂਰੀ ਕੁਛ ਨਾ ਕੁਛ ਕਾਨੂੰਨ ਦੱਸਣਾ ਤੇ ਕੁਛ ਰੱਖਣਾ ਪੈਂਦਾ ਹੈ ਤੇ ਅਸੀਂ ਇਹ ਚੀਜ਼ਾਂ ਨਹੀਂ ਡਿਸਕਲੋਜ਼ ਕਰਾਂਗੇ ਪਰ ਅਸੀਂ ਜੋ ਵੀ ਕਰਾਂਗੇ ਤਿੱਖਾ ਸੰਘਰਸ਼ ਕਰਾਂਗੇ ਕਿਉਂਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਉਸ ਟਾਈਮ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰਦੀ ਸੀ ਅਸੀਂ ਹਾਂਜੀ ਹਾਂਜੀ ਕਰਦੇ ਸਾਂ ਕਿਉਂਕਿ ਉਹ ਸਾਡੀ ਸਰਕਾਰ ਸੀ ਪਰ ਜਦੋਂ ਮੌਤ ਦਾ ਵੀ ਧੋਖਾ ਕਰਨ ਲੱਗ ਪਏ ਤਾਂ ਫਿਰ ਬੱਚੇ ਕਿੱਥੇ ਜਾਣ ਫਿਰ ਸਾਨੂੰ ਸੰਘਰਸ਼ ਕਰਨਾ ਅਪਣਾਉਣਾ ਪਏਗਾ ਦੇਖੋ ਜੀ ਮੈਂ ਫਿਰ ਗੱਲ ਕਰ ਰਿਹਾ 1500 ਮੁਲਾਜ਼ਮ ਧਰਨੇ ਤੇ ਬੈਠੇਗਾ ਹੁਣ ਜਿਹੜੀ ਐਂਬੂਲੈਂਸ ਹੈ ਉਹ ਚਲਾਣਗੇ ਸਿਹਤ ਮੰਤਰੀ ਦੇਖਣ ਐਂਬੂਲੈਂਸ ਚੱਲੇਗੀ ਰੁਕੇਗੀ ਕਿ ਸਾਡੇ ਕੋਲ ਰਹੇਗੀ ਇਹਦੇ ਉਹ ਦੇਖਣ ਇਹਦੇ ਮੰਤਰੀ ਸਾਹਿਬ ਨੇ ਵੇਖਣਾ ਜਿੰਨਾ ਕੋਲ ਡਿਪਾਰਟਮੈਂਟ ਹੈ ਸਾਡੀ ਗੱਲ ਤੇ ਸੁਣਵਾਈ ਨਹੀਂ ਕੀਤੀ ਗਈ ਦੇਖੋ ਉਹਨੂੰ ਆਪ ਡਾਕਟਰ ਨੇ ਤੇ ਬੜੇ ਰਿਸਪੈਕਟਫੁੱਲ ਨੇ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਇਹਨਾਂ ਵੱਲ ਵੇਖੋ ਇਹਨਾਂ ਦਾ ਘਰ ਗੁਜ਼ਾਰਾ ਨਹੀਂ ਚੱਲਦਾ ਤੇ ਅਸੀਂ ਤਾਂ ਤੁਹਾਡੇ ਕੋਲ ਕੁਛ ਮੰਗਿਆ ਨਹੀਂ ਪਰ ਇਹਨਾਂ ਦੀ ਤੁਸੀਂ ਵੇਖੋ ਪਰ ਭਗਵਾਸੇ ਨਾਲ ਜਿਹੜੀ ਟੀਮ ਹੈ ਪ੍ਰੋਪਰ ਇਹਨਾਂ ਨਾਲ ਖੜੀ ਆ ਅਸੀਂ ਪਹਿਲਾਂ ਵੀ ਵਾਅਦਾ ਕੀਤਾ ਸੀ ਹੋਰ ਵੀ ਵਾਅਦਾ ਕਰਕੇ ਜਾ ਰਹੇ ਆ ਸੱਤ ਦਿਨ ਇਹ ਬੈਠੇ ਤੇ ਸੱਤ ਦਿਨ ਹੀ ਅਸੀਂ ਬੈਠੇ ਅਸੀਂ ਵੀ ਘਰ ਗਏ ਇਹ ਮੈਂ ਕਹੂੰਗਾ ਇਸ ਸਮਾਜ ਤੁਸੀਂ ਅਮਨ ਜੀ ਕੋਲ ਜ਼ਿਆਦਾ ਪੁੱਛ ਲਓ ਥੋੜਾ ਬਰੀਫ ਕਰ ਦਿੰਦੇ ਅਮਨ ਜੀ ਨਾਲ